ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਚੋਣ ਨਿਸ਼ਾਨ ਹੀ ਇਹੋ ਜਿਹਾ ਚੁਣਿਆ ਜਿਹੜਾ ਸਫਾਈ ਕਰਦਾ। ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ, ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ, ਚੱਲੀ ਜਾਂਦਾ ਹੈ। ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ, ਗੁਜਰਾਤ ਦੇ ਵਿੱਚ MLA ਨੇ, ਗੋਆ 'ਚ MLA ਨੇ, ਮੱਧ ਪ੍ਰਦੇਸ਼ 'ਚ ਸੰਗਰੌਲੀ, ਉੱਥੇ ਸਾਡੇ ਮੇਅਰ ਹੈ, ਚੰਡੀਗੜ੍ਹ 'ਚ ਆਪਣਾ ਜਿਹੜਾ ਮੇਅਰ ਹੈ, ਹੁਣੇ ਹੁਣੇ ਜੰਮੂ ਕਸ਼ਮੀਰ 'ਚ ਵੋਟਾਂ ਪੈ ਕੇ ਹਟੀਆਂ, ਉੱਥੇ ਵੀ ਖਾਤਾ ਖੁੱਲ੍ਹ ਗਿਆ। ਦੋਦੇ ਤੋਂ, ਡੋਡੇ ਤੋਂ ਜਿਹੜਾ ਇੱਕ ਆਪਣਾ MLA ਜਿੱਤਿਆ। ਸੋ ਹੌਲੀ ਹੌਲੀ ਚਲੋ, ਵੈਸੇ 10 ਸਾਲ ਪੁਰਾਣੀ ਪਾਰਟੀ ਹੈ, 10-12 ਸਾਲ, ਪਰ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ। ਕੇਜਰੀਵਾਲ ਸਾਹਿਬ, ਬਰਨਾਲਾ ਇੱਕ ਇਹੋ ਜਿਹਾ ਵਿਧਾਨ ਸਭਾ ਇਲਾਕਾ, 2014 ਜਿੱਤੇ ਜਦੋਂ ਲੋਕ ਸਭਾ ਲੜ ਰਿਹਾ ਸੀ ਮੈਂ, 2017 ਚ ਜਿੱਤੇ, 2022-19 ਜਿੱਤੇ, 2022 ਚ ਜਿੱਤੇ, ਤੇ ਹੁਣ 24 ਦੀ ਵਾਰੀ ਹੈ। ਆਹ ਹੁਣ ਜਿਹੜੀ ਬਾਈ ਇਲੈਕਸ਼ਨ ਹੈ, ਇਹਦੇ ਚ ਵੀ ਬਰਨਾਲੇ ਨੇ ਝੋਲੀਆਂ ਪਾ। ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਚੋਣ ਨਿਸ਼ਾਨ ਹੀ ਇਹੋ ਜਿਹਾ ਚੁਣਿਆ ਜਿਹੜਾ ਸਫਾਈ ਕਰਦਾ। ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ, ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ, ਚੱਲੀ ਜਾਂਦਾ ਹੈ। ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ, ਗੁਜਰਾਤ ਦੇ ਵਿੱਚ MLA ਨੇ, ਗੋਆ 'ਚ MLA ਨੇ, ਮੱਧ ਪ੍ਰਦੇਸ਼ 'ਚ ਸੰਗਰੌਲੀ, ਉੱਥੇ ਸਾਡੇ ਮੇਅਰ ਹੈ, ਚੰਡੀਗੜ੍ਹ 'ਚ ਆਪਣਾ ਜਿਹੜਾ ਮੇਅਰ ਹੈ, ਹੁਣੇ ਹੁਣੇ ਜੰਮੂ ਕਸ਼ਮੀਰ 'ਚ ਵੋਟਾਂ ਪੈ ਕੇ ਹਟੀਆਂ, ਉੱਥੇ ਵੀ ਖਾਤਾ ਖੁੱਲ੍ਹ ਗਿਆ। ਦੋਦੇ ਤੋਂ, ਡੋਡੇ ਤੋਂ ਜਿਹੜਾ ਇੱਕ ਆਪਣਾ MLA ਜਿੱਤਿਆ। ਸੋ ਹੌਲੀ ਹੌਲੀ ਚਲੋ, ਵੈਸੇ 10 ਸਾਲ ਪੁਰਾਣੀ ਪਾਰਟੀ ਹੈ, 10-12 ਸਾਲ, ਪਰ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ। ਕੇਜਰੀਵਾਲ ਸਾਹਿਬ, ਬਰਨਾਲਾ ਇੱਕ ਇਹੋ ਜਿਹਾ ਵਿਧਾਨ ਸਭਾ ਇਲਾਕਾ, 2014 ਜਿੱਤੇ ਜਦੋਂ ਲੋਕ ਸਭਾ ਲੜ ਰਿਹਾ ਸੀ ਮੈਂ, 2017 ਚ ਜਿੱਤੇ, 2022-19 ਜਿੱਤੇ, 2022 ਚ ਜਿੱਤੇ, ਤੇ ਹੁਣ 24 ਦੀ ਵਾਰੀ ਹੈ। ਆਹ ਹੁਣ ਜਿਹੜੀ ਬਾਈ ਇਲੈਕਸ਼ਨ ਹੈ, ਇਹਦੇ ਚ ਵੀ ਬਰਨਾਲੇ ਨੇ ਝੋਲੀਆਂ ਭਰ ਭਰ ਪਿਆਰ ਦੇਣਾ।